ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ। ਪਿਆਰੀ ਸਤਸੰਗ ਜੀ, ਮੈਂ ਜਸਪ੍ਰੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਖਾਲਸਾ ਪੰਥ ਚੈਨਲ। ਸਭ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆਏ ਹੋ ਤਾਂ ਤੁਹਾਡੇ ਆਪਣੇ ਖਾਲਸਾ ਪੰਥ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਵੀ ਦਬਾ ਲਓ। ਅਤੇ ਨਾਲ ਹੀ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ। ਪਿਆਰੀ ਸਤਸੰਗ ਜੀ, ਭਾਈ ਅਨਾਰ ਸਿੰਘ ਪਾਰਾ ਜੀ ਦਾ ਜਨਮ ਜ਼ਿਲ੍ਹਾ ਤਰਨ ਤਾਰਨ ਵਿਖੇ ਕਾਲੀਆ ਸਕੱਤਰਾ ਨਾਮਕ ਪਿੰਡ ਵਿਖੇ 1971 ਵਿੱਚ ਹੋਇਆ ਸੀ। ਇਹਨਾਂ ਦੇ ਪਿਤਾ ਜੀ ਦਾ ਨਾਮ ਸਰਦਾਰ ਅਜੀਤ ਸਿੰਘ ਅਤੇ ਮਾਤਾ ਜੀ ਦਾ ਨਾਮ ਸੁਰਿੰਦਰ ਕੌਰ ਸੀ। ਭਾਈ ਅਨਾਰ ਸਿੰਘ ਪਾਰਾ ਖਾੜਕੂ ਸਫਾ ਦਾ ਬਹੁਤ ਵੱਡਾ ਅਤੇ ਚਰਚਿਤ ਨਾਮ ਸੀ ਅਤੇ ਉਹਨਾਂ ਦਾ ਨਾਮ KLF ਦੇ ਉੱਚ ਚੋਟੀ ਦੇ ਖਾੜਕੂਆਂ ਵਿੱਚ ਸ਼ਿਖਰ ਤੇ ਆਉਂਦਾ ਸੀ। ਪਿਆਰੀ ਸਾਧ ਸੰਗਤ ਜੀ, ਆ ਜਦੋਂ ਵੀ ਕਿਤੇ KLF ਦੇ ਵੱਡੇ ਸਿੰਘਾਂ ਦਾ ਜ਼ਿਕਰ ਆਉਂਦਾ ਹੈ ਤਾਂ ਅਨਾਰ ਸਿੰਘ ਪਾਰਾ ਦਾ ਜ਼ਿਕਰ ਬਿਲਕੁਲ ਉਹਦੇ ਵਿੱਚ ਆਉਂਦਾ ਹੈ। ਅਨਾਰ ਸਿੰਘ ਪਾਰਾ ਬਾਰਡਰ ਦੇ ਬਿਲਕੁਲ ਸਾਥ ਵਾਲੇ ਪਿੰਡ ਦਾ ਰਹਿਣ ਵਾਲਾ ਸੀ। ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਕਮਾਂਡਰ ਰਹਿ ਚੁੱਕੇ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਦੇ ਭਾਈ ਅਨਾਰ ਸਿੰਘ ਪਾਰਾ ਬਹੁਤ ਨੇੜੇ ਸਨ ਅਤੇ ਭਾਈ ਸਾਹਿਬ ਨੂੰ ਉਹਨਾਂ ਦਾ ਰਾਈਟ ਹੈਂਡ ਵੀ ਮੰਨਿਆ ਜਾਂਦਾ ਸੀ। ਭਾਈ ਸਾਹਿਬ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ ਅਤੇ ਅੱਜ ਵੀ ਉਹਨਾਂ ਦੇ ਜਾਣਕਾਰ ਉਹਨਾਂ ਦੀ ਤਾਰੀਫ ਕਰਦਿਆਂ ਨਹੀਂ ਥੱਕਦੇ। ਸੰਨ 1984 ਵਿੱਚ ਜਦੋਂ ਭਾਰਤੀ ਸਰਕਾਰ ਨੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤਾਂ ਇਸ ਗੱਲ ਦਾ ਭਾਈ ਸਾਹਿਬ ਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ ਅਤੇ ਇਸ ਇੱਕ ਘਟਨਾ ਨੇ ਭਾਈ ਅਨਾਰ ਸਿੰਘ ਪਾਰਾ ਜੀ ਦੀ ਜ਼ਿੰਦਗੀ ਬਦਲ ਕੇ ਰੱਖ ਦਿੱਤੀ ਅਤੇ ਉਹ ਸੰਘਰਸ਼ ਦੇ ਰਾਹ ਤੇ ਤੁਰ ਪਏ। ਪਿਆਰੀ ਸਾਧ ਸੰਗਤ ਜੀ, ਉਹਨਾਂ ਦੀ ਉਮਰ ਬੇਹਦ ਘੱਟ ਸੀ ਪਰ ਉਹਨਾਂ ਦੇ ਹੌਸਲੇ ਤੇ ਜਿਗਰੇ ਪਹਾੜ ਜਿੱਡੇ ਸਨ। ਭਾਈ ਸਾਹਿਬ ਨੇ ਆਪਣੀ ਨਿੱਜੀ ਜ਼ਿੰਦਗੀ ਤਿਆਗ ਕੇ ਆਪਣਾ ਜੀਵਨ ਕੌਮ ਦੇ ਲੇਖੇ ਤੇ ਲਾਉਣ ਦਾ ਮਨ ਬਣਾ ਲਿਆ ਸੀ ਅਤੇ ਉਹਨਾਂ ਨੇ ਦਿਨ ਰਾਤ ਪੰਥ ਦੀ ਸੇਵਾ ਨਿਭਾਉਣੀ ਸ਼ੁਰੂ ਕਰ ਦਿੱਤੀ ਸੀ। ਗੱਲ ਸਾਲ 1988 ਦੀ ਹੈ। ਉਸ ਦੌਰਾਨ ਅਨਾਰ ਸਿੰਘ ਪਾਰਾ ਦੀ ਮੁਲਾਕਾਤ KLF ਦੇ ਚੀਫ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਨਾਲ ਹੁੰਦੀ ਹੈ। ਜਦੋਂ ਭਾਈ ਗੁਰਜੰਡ ਸਿੰਘ ਬੁੱਧ ਸਿੰਘ ਵਾਲਾ ਭਾਈ ਸਾਹਿਬ ਦੀ ਦਲੇਰੀ ਨੂੰ ਦੇਖਦੇ ਨੇ ਤਾਂ ਬੁੱਧ ਸਿੰਘ ਵਾਲਾ ਉਹਨਾਂ ਨੂੰ KLF ਦਾ ਲੈਫਟੀਨੈਂਟ ਜਨਰਲ ਨਿਯੁਕਤ ਕਰ ਦਿੰਦੇ ਹਨ ਅਤੇ ਉਹਨਾਂ ਦਾ ਨਾਮ ਛੋਟਾ ਬ੍ਰਹਮਾ ਵੀ ਰੱਖ ਦਿੱਤਾ ਜਾਂਦਾ ਹੈ। ਭਾਈ ਸਾਹਿਬ ਦਾ ਪਿੰਡ ਬਿਲਕੁਲ ਪਾਕਿਸਤਾਨ ਦੇ ਬਾਰਡਰ ਦੇ ਕੰਢੇ ਤੇ ਸੀ ਤੇ ਇਸ ਕਾਰਨ ਹੀ ਉਹਨਾਂ ਨੂੰ ਬਾਰਡਰ ਦਾ ਬਾਦਸ਼ਾਹ ਵੀ ਕਿਹਾ ਜਾਂਦਾ ਸੀ। ਭਾਈ ਅਨਾਰ ਸਿੰਘ ਪਾਰਾ ਦੀ ਦਲੇਰੀ ਅਤੇ ਇਮਾਨਦਾਰੀ ਕਾਰਨ ਸਿੱਖ ਫਰੀਡਮ ਮੂਵਮੈਂਟ ਦੇ ਸਾਰੇ ਸਿੰਘ ਉਹਨਾਂ ਦੀ ਕਾਫੀ ਇੱਜ਼ਤ ਕਰਿਆ ਕਰਦੇ ਸਨ। ਭਾਈ ਸਾਹਿਬ ਸਿਰਫ ਭਾਰਤੀ ਹਕੂਮਤ ਨੂੰ ਹੀ ਆਪਣਾ ਦੁਸ਼ਮਣ ਮੰਨਦੇ ਸਨ ਅਤੇ ਉਹਨਾਂ ਨੇ ਕਦੇ ਵੀ ਪੰਜਾਬ ਦੇ ਰਹਿਣ ਵਾਲੇ ਆਮ ਲੋਕਾਂ ਨੂੰ ਕੁਝ ਨਹੀਂ ਸੀ ਆਖਿਆ। ਭਾਈ ਅਨਾਰ ਸਿੰਘ ਪਾਰਾ ਦੇ ਪਿੰਡ ਦੇ 12 ਨੌਜਵਾਨਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਆਪਣੀ ਜਾਨ ਵਾਰ ਦਿੱਤੀ ਸੀ। ਭਾਈ ਅਨਾਰ ਸਿੰਘ ਪਾਰਾ ਜੀ ਦਾ ਕਈ ਵਾਰ ਪੁਲਿਸ ਨਾਲ ਸਿੱਧਾ ਮੁਕਾਬਲਾ ਹੋਇਆ ਸੀ ਪਰ ਹਰ ਵਾਰ ਉਹ ਭੱਜ ਨਿਕਲਣ ਵਿੱਚ ਕਾਮਯਾਬ ਹੁੰਦੇ ਸਨ। 16 ਫਰਵਰੀ 1991 ਨੂੰ ਅਨਾਰ ਸਿੰਘ ਪਾਰਾ ਜੀ ਦਾ ਵਿਆਹ ਹੁੰਦਾ ਹੈ ਅਤੇ ਲਗਭਗ 1 ਸਾਲ ਬਾਅਦ ਉਹਨਾਂ ਘਰ ਬੇਟੀ ਜਨਮ ਲੈਂਦੀ ਹੈ। ਜੇਕਰ ਭਾਈ ਅਨਾਰ ਸਿੰਘ ਪਾਰਾ ਜੀ ਦੇ ਅੰਤਿਮ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਉਹ ਮਨੂਸ ਦਿਨ 27 ਮਈ 1992 ਦਾ ਸਾਬਿਤ ਹੁੰਦਾ ਹੈ। ਇਸ ਦਿਨ ਭਾਈ ਸਾਹਿਬ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਪਹੁੰਚੇ ਹੁੰਦੇ ਹਨ ਅਤੇ ਇਸੇ ਦੌਰਾਨ ਹੀ ਇੱਕ ਗੱਦਾਰ ਮਹਾਰਾਸ਼ਟਰ ਪੁਲਿਸ ਨੂੰ ਭਾਈ ਸਾਹਿਬ ਦੀ ਮੌਜੂਦਗੀ ਬਾਰੇ ਦੱਸ ਦਿੰਦਾ ਹੈ ਅਤੇ ਪੁਲਿਸ ਵੱਡੀ ਗਿਣਤੀ ਵਿੱਚ ਭਾਈ ਸਾਹਿਬ ਨੂੰ ਚਾਰੇ ਪਾਸੇ ਤੋਂ ਘੇਰ ਲੈਂਦੀ ਹੈ। ਭਾਈ ਸਾਹਿਬ ਬਹੁਤ ਹੀ ਦਲੇਰੀ ਨਾਲ ਮੁਕਾਬਲਾ ਕਰਦੇ ਨੇ ਪਰ ਅੰਤ ਵਿੱਚ ਅਨਾਰ ਸਿੰਘ ਪਾਰਾ ਨੂੰ ਸ਼ਹੀਦ ਕਰ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਸਿੱਖ ਕੌਮ ਦਾ ਇੱਕ ਵੱਡਾ ਸੁਰਮਾ ਇਸ ਦੁਨੀਆਂ ਨੂੰ ਛੱਡ ਜਾਂਦਾ ਹੈ। ਤੇ ਪਿਆਰੀ ਸਤਸੰਗ ਜੀ, ਇਹ ਵੀਡੀਓ ਇੱਥੇ ਮੁੱਕਦੀ ਆ। ਜੇਕਰ ਤੁਹਾਨੂੰ ਭਾਈ ਅਨਾਰ ਸਿੰਘ ਪਾਰਾ ਦੀ ਬਾਇਓਗ੍ਰਾਫੀ ਵਧੀਆ ਲੱਗੀ ਹੋਏ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਖਾਲਸਾ ਫੈਕਟਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।